ਸਤਿ ਸ੍ਰੀ ਅਕਾਲ ਇਹ ਨਾ ਇੱਕ ਇਹ ਐਪ ਹੈ ਇਹਦੇ ਚ ਇਹ ਸਿਲਸਿਲਾ ਹੈ ਕਿ ਤੁਸੀਂ ਨੂੰ ਸਿਰਫ ਇੰਸਟਾਲ ਕਰਨਾ ਹੈ ਤੇ ਕੋਈ ਐਸੀ ਪਰਮਿਸ਼ਨ ਵਗੈਰਾ ਤੁਹਾਡੇ ਮੋਬਾਈਲ ਦੀ ਨਹੀਂ ਲਏਗਾ ਨਾ ਤੁਹਾਡਾ ਕੋਈ ਡਾਟਾ ਯੂਜ਼ ਕਰੇਗੀ ਨਾ ਤੁਹਾਡਾ ਕੋਈ ਬੈਟਰੀ ਯੂਜ਼ ਕਰੇਗੀ ਠੀਕ ਹੈ ਇਸ ਟਾਈਮ ਬਿਲਕੁਲ ਫ੍ਰੀ ਐਪ ਹੈ ਤੁਸੀਂ ਜਸਟ ਇਹਨੂੰ ਜੁਆਇਨ ਕਰਨਾ ਹੈ ਤੇ ਜੁਆਇਨ ਕਰਕੇ ਨੂੰ ਤੁਸੀਂ ਚਲਾ ਕੇ ਤੇ ਛੱਡ ਦੇਣਾ ਸਿਰਫ 24 ਘੰਟੇ ਦੇ ਵਿੱਚ ਇੱਕ ਦਫਾ ਤੁਸੀਂ ਇਹਦੇ ਤੇ ਆਣਾ ਆ ਕੇ ਦੇ ਅੰਦਰ ਇੱਕ ਤੁਹਾਡੇ ਰਾਈਟ ਸਾਈਡ ਦੇ ਉੱਤੇ ਇੱਕ ਛੋਟਾ ਜਿਹਾ ਬਟਨ ਹੁੰਦਾ ਤੁਸੀਂ ਟੈਪ ਕਰ ਦੇਣਾ ਠੀਕ ਹੈ ਤੇ ਇਹ ਨਾਲ ਤੁਹਾਡੇ ਮੁਫਤ ਦੇ ਜਿਹੜੇ ਨੇ ਨਾ ਕੋਇਨ ਜਨਰੇਟ ਕਰਦੀ ਰਹੇਗੀ ਕੰਰੰਟਲੀ ਇਸ ਕੋਇਨ ਦੀ ਕੋਈ ਪ੍ਰਾਈਸ ਨਹੀਂ ਹੈ ਠੀਕ ਹੈ ਲੇਕਿਨ ਜਿਸ ਤਰ੍ਹਾਂ ਬਿਟਕੋਇਨ ਆਇਆ ਸੀ ਨਵਾਂ ਨਵਾਂ ਉਹਦੀ ਕੰਰੰਟਲੀ ਉਸ ਟਾਈਮ ਤੇ ਉਹਦੀ ਵੀ ਕੋਈ ਪ੍ਰਾਈਸ ਨਹੀਂ ਸੀ ਲੇਕਿਨ ਇਸ ਟਾਈਮ ਬਿਟਕੋਇਨ ਦੀ ਪ੍ਰਾਈਸ ਜਿਹੜੀ ਹੈ ਤੁਹਾਡੀ ਤਕਰੀਬਨ ਬਿਟਕੋਇਨ ਨੂੰ ਆਇਆ 14 ਸਾਲ ਹੋ ਗਏ ਨੇ ਇਸ ਟਾਈਮ ਬਿਟਕੋਇਨ ਇੱਕ ਕੋਇਨ ਜਿਹੜਾ ਤੁਹਾਡਾ ਉਹ ਕੋਈ 55 ਲੱਖ ਰੁਪਏ ਦੇ ਕਰੀਬ ਹੈ ਤੇ ਪ੍ਰਾਈਸ ਉਹਦੀ ਮਜ਼ੀਦ ਉੱਤੇ ਹੀ ਜਾ ਰਹੀ ਹੈ ਐ ਵੀ ਇੱਕ ਨਵੀਂ ਐਪ ਆਈ ਹੈ ਤੇ ਇਹਦੇ ਹੀ ਇਸ ਟਾਈਮ ਪ੍ਰਾਈਸ ਕੋਈ ਨਹੀਂ ਹੈ ਬਿਟਕੋਇਨ ਵੀ 2008 ਦੇ ਵਿੱਚ ਆਇਆ ਸੀ ਉਸ ਟਾਈਮ ਵੀ ਪ੍ਰਾਈਸ ਉਹਦੀ ਉਹਦੀ ਵੀ ਕੋਈ ਨਹੀਂ ਸੀ ਲੇਕਿਨ ਲੋਕਾਂ ਨੇ ਮਜ਼ਾਕ ਸਮਝਿਆ ਗੱਲ ਆਈ ਗਈ ਹੋ ਗਈ ਕਈ ਲੋਕਾਂ ਦੇ ਕੋਲ ਉਦੋਂ ਉਹਨਾਂ ਨੇ ਵੀ ਫ੍ਰੀ ਕੁਆਇਨ ਜਨਰੇਟ ਕਰਨ ਦੀ ਐਪ ਐਪ ਤਾਂ ਨਹੀਂ ਸੀ ਲੈਪਟਾਪ ਵਗੈਰਾ ਉਹਦੇ ਤੇ ਡੈਸਕਟਾਪ ਵਗੈਰਾ ਤੇ ਉਹਨਾਂ ਦੇ ਸਨ ਫੀਚਰਸ ਵਗੈਰਾ ਤੇ ਉਸ ਟਾਈਮ ਉਹਨਾਂ ਨੇ ਵੀ ਐਪ ਕਰਵਾਈ ਕਰਵਾਈ ਸੀ ਲੋਕਾਂ ਨੇ ਕਿਤੇ ਜਨਰੇਟ ਠੀਕ ਹੈ ਲੇਕਿਨ ਉਸ ਤੋਂ ਬਾਅਦ ਲੋਕ ਕਈ ਲੋਕਾਂ ਨੇ ਜਲਦੀ ਕੀਤੀ ਉਹਨਾਂ ਨੇ ਕੀ ਕੀਤਾ ਕਿ ਜੀ ਜਦੋਂ ਦੀ ਪ੍ਰਾਈਸ ਬਣੀ 2-4 ਰੁਪਏ ਉਹਨਾਂ ਨੇ ਕਿਹਾ ਬਸ ਐਹੀ ਪ੍ਰਾਈਸ ਹੋਣੀ ਹੈ ਦੀ ਤੇ ਇਹਨੇ ਕਿਹੜਾ ਕੋਈ ਬਹੁਤ ਮਹਿੰਗੀ ਹੋ ਜਾਣਾ ਤੇ ਉਹਨਾਂ ਨੇ ਉਹ ਕਿਸੇ ਨੇ ਕੋਈ ਉਹਦਾ ਪੀਜ਼ਾ ਆਰਡਰ ਕਰ ਲਿਆ ਜੀ 1000 ਕੋਇਨ ਦਾ 500 ਕੋਇਨ ਦਾ ਪੀਜ਼ਾ ਆਰਡਰ ਕਰ ਲਿਆ ਉਹ ਲੋਕਾਂ ਨੇ ਇਸ ਤਰ੍ਹਾਂ ਕਰਕੇ ਆਪਣੇ ਕੋਇਨ ਯੂਜ਼ ਕਰ ਲਏ ਲੇਕਿਨ ਇਸ ਟਾਈਮ ਜਿਨ੍ਹਾਂ ਨੇ ਕੋਈ ਬਚਾਏ ਸਨ ਜਿਨ੍ਹਾਂ ਕੋਲ ਕੋਈ ਪੇ ਸਨ ਉਹ ਇਸ ਟਾਈਮ ਕਿੱਥੇ ਦੇ ਕਿੱਥੇ ਪਹੁੰਚ ਜੇ ਨੇ ਐਪ ਬਿਲਕੁਲ ਸੇਫ ਹੈ ਤੁਸੀਂ ਇਹਨੂੰ ਇੰਸਟਾਲ ਕਰੋ ਤੁਹਾਡੀ ਮੋਬਾਈਲ ਦੀ ਕੋਈ ਪਰਮਿਸ਼ਨ ਨਹੀਂ ਮੰਗਦੀ ਕਿ ਜੀ ਇਹ ਪਰਮਿਸ਼ਨ ਦਿਓ ਜਾਂ ਉਹ ਨਾ ਤੁਹਾਡੇ ਕੰਟੈਕਟਸ ਦੀ ਪਰਮਿਸ਼ਨ ਮੰਗਦੀ ਹੈ ਨਾ ਤੁਹਾਡੀ ਕੋਈ ਮੀਡੀਆ ਦੀ ਨਾ ਤੁਹਾਡੇ ਕੈਮਰੇ ਦੀ ਕਿਸੇ ਕਿਸਮ ਦੀ ਕੋਈ ਪਰਮਿਸ਼ਨ ਨਹੀਂ ਹੈ ਤੁਸੀਂ ਜਸਟ ਇਹਨੂੰ ਇੰਸਟਾਲ ਕਰਨਾ ਹੈ ਔਰ ਆਪਣੇ ਅੱਗੇ ਆਪਣੇ ਸਰਕਲ ਦੇ ਵਿੱਚ ਸ਼ੇਅਰ ਵੀ ਕਰ ਸਕਦੇ ਹੋ ਠੀਕ ਹੈ ਔਰ ਇਹ ਤੁਹਾਡੇ ਆਟੋਮੈਟਿਕਲੀ ਤੁਹਾਡਾ ਨਾ ਉੱਤੇ ਉਹ ਜਨਰੇਟ ਕਰਦੀ ਰਹੇਗੀ ਕੋਇਨ ਜਨਰੇਟ ਕਰਦੀ ਰਹੇਗੀ ਤੁਸੀਂ ਇਹਨੂੰ ਮੋਬਾਈਲ ਤੋਂ ਕਰ ਸਕਦੇ ਹੋ ਜਾਂ ਫੇਸਬੁੱਕ ਤੋਂ ਕਨੈਕਟ ਕਰ ਸਕਦੇ ਹੋ ਔਰ ਜਿਸ ਟਾਈਮ ਇਹਨਾਂ ਦਾ ਟਾਰਗੇਟ ਰੀਚ ਹੋ ਜਾਏਗਾ ਮਾਰਕੀਟ ਚ ਆ ਜੇਗੀ ਉਸ ਤੋਂ ਬਾਅਦ ਇਹ ਫ੍ਰੀ ਕੋਇਨ ਇਹਨਾਂ ਦੇ ਬੰਦ ਹੋ ਜਾਣਗੇ ਫਿਰ ਤੁਹਾਨੂੰ ਕੋਈ ਫ੍ਰੀਕੁਐਂਸੀ ਨਹੀਂ ਮਿਲੇਗਾ ਫਿਰ ਤੁਸੀਂ ਪੈਸਿਆਂ ਦੇ ਹੀ ਖਰੀਦਣੇ ਨੇ ਜਦੋਂ ਵੀ ਖਰੀਦਣੇ ਨੇ ਤੇ ਤੁਹਾਡਾ ਕੀ ਜਾਂਦਾ ਤੁਸੀਂ ਇਹਨੂੰ ਰੱਖ ਲਓ ਠੀਕ ਐਜ਼ ਅ ਪੈਸਿਵ ਇਨਕਮ ਰੱਖ ਲਓ ਕੋਈ ਨਹੀਂ 8-10 ਦਿਨ ਮਹੀਨਾ ਇਹਨੂੰ ਚਲਾ ਲਓ 10 10-12 ਦਿਨ ਦਾ ਫ੍ਰੀ ਟਾਈਮ ਉਹਨਾਂ ਨੇ ਦਿੱਤਾ ਆ ਤੇ ਇਹਨੂੰ ਤੁਸੀਂ ਉਹਨੇ ਦਿਨ ਫ੍ਰੀ ਚਲਾ ਲਓ ਜਿਹੜੇ ਤੁਹਾਡੇ ਕੋਇਨ ਬਣਨਗੇ ਉਹ ਬਸ ਬਚਾ ਕੇ ਰੱਖ ਲਓ ਅੱਗੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਸਾਲਾਂ ਦੇ ਵਿੱਚ ਤੁਹਾਡਾ ਅਗਰ ਕੋਈ ਇਹਦੇ ਨਾਲ ਕੋਈ ਭਲਾ ਹੋ ਜੇ ਤੇ ਕੀ ਜਾਂਦਾ ਅਸਸਲਾਮੁਅਲੈਕੁਮ ਅਮਤੁੱਲਾਹ